ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹਾਂ ਜੀ ਹੁਣੇ-ਹੁਣੇ ਇੱਥੇ ਆਇਆ ਜਬਰਦਸਤ ਭੁਚਾਲ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੰਤੇ ਵੀਡੀਓ ਨੂੰ ਮੱਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦੇ ਰਾਤ ਇੰਡੋਨੇਸ਼ੀਆ ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਰੈਕਟਰ ਮਾਨੇ ਤੇ ਭੁਚਾਲ ਦੀ ਤੀਬਰਤਾ ਜਿਹੜਾ 6.7 ਮਾਪੀ ਗਈ ਇਸ ਭੁਚਾਲ ਦਾ ਕੇਂਦਰ ਤਲੋਂਦ ਟਾਪੂ ਦੱਸਿਆ ਜਾ ਰਿਹਾ ਹੈ ਜੀਆ ਰਾਸ਼ੀ ਭੁਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਇੰਡੋਨੇਸ਼ੀਆ ਦੇ ਵਿੱਚ ਜਿਹਾ ਤਲੋਦ ਟਾਪੂ ਦੇ ਵਿੱਚ ਆਈ ਇਸ ਭੁਚਾਲ ਦੀ ਤੀਬਰਤਾ ਰੈਕਟਰ ਪਮਾਨੇ ਤੇ 6.7 ਮਾਪੀ ਗਈ ਜਿਸ ਕਾਰਨ ਜਿਹਾ ਲੋਕ ਕਾਫੀ ਪਰੇਸ਼ਾਨ ਨੇ ਕਿਉਂਕਿ ਇਨਾ ਵੱਡਾ ਭੁਚਾਲ ਆਉਣ ਦੇ ਕਾਰਨ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ ਕਿਉਂਕਿ ਜੇ ਭੁਚਾਲ ਅੱਗੇ ਵੀ ਆ ਸਕਦੇ ਨੇ ਤੇ ਕਾਫੀ ਦਿੱਕਤਾਵਾਂ ਜੋ ਕਿ ਨੇ ਉਹ ਪੈਦਾ ਕਰ ਸਕਦੇ ਨੇ ਜੀ ਹਾਂ ਤੁਸੀਂ ਆਪਣੇ ਏਰੀਆ ਦਾ ਨਾਮ ਜੁੜ ਦੱਸੋ ਦੱਸੋ ਸਾਨੂੰ ਕਿ ਤੁਹਾਡੇ ਏਰੀਆ 'ਚ ਕੀ ਪੁਚਾਲ ਆਇਆ ਅਗਰ ਜੇ ਪੁਚਾਲ ਆਇਆ ਤਾਂ ਉਸ ਦਾ ਕਿੰਨਾ ਤਾਪਮਾਨ ਸੀ ਬਾਕੀ ਖਬਰ ਨੂੰ ਅੰਦਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ